ਕਿੰਨੀ ਦੇਰ ਇੰਤਜ਼ਾਰ ਕਰ ਰਹੇ ਆ ਜੰਜ ਦਾ ਲੇਕਿਨ ਜੰਜ ਨਹੀਂ ਆ ਰਹੀ ਪੈਕੇਜ ਲਵਾਉਣਾ ਜੰਜ ਲੁੱਟ ਕੇ ਜੰਜ ਨਹੀਂ ਆਂਦੀ ਵੀ 50 ਸਪਾਰ ਲੈ ਕੇ ਆਈ ਸੀ ਦੇਖ ਜ਼ਾਰਾ ਕੀਤਾ ਸੀਮ ਭਾਈ ਦਾ ਜੰਜ ਲੁੱਟ ਕੇ ਇੰਤਜ਼ਾਰ ਕਰ ਰਿਹਾ ਕਿ ਦੂ ਆਏਗੀ ਕਿ ਦੂ ਨਹੀਂ ਕਹਾ ਅਜੇ ਪੈਕੇਜ ਲੱਗ ਜਾਏ ਛੁੱਟ ਛੁੱਟ ਮੇਰੇ ਮੇਰੇ 50 ਜਾਲ ਛੁੱਟ 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 ਖਾਂ ਜਾ ਭਾਈ ਖਾਂ ਜਾ ਭਾਈ ਕਿ ਤੂੰ ਜੰਜ ਨੂੰ ਇਸ ਕਿਤਨਾ ਲੂਟਾ ਹੈ ਹਬ ਹਮ ਕੋ ਬਰਾਤ ਲੁੱਟਨੀ ਪੜ ਰਹੀ ਹੈ ਉਹ ਤਹੀਂ ਦੁਆ ਕਰੋ ਕਿ ਬਾਬਾ ਸਾਰੇ ਪੈਸੇ ਉੱਤੇ ਹੋਣ ਜੀ ਆਵਾਮ ਪੈਸੇ ਫੜ ਕੇ ਤੇ ਵਾਪਸ ਜਾ ਰਹੀ ਆਪਣੇ ਆਪਣੇ ਘਰਾਂ ਨੂੰ ਦੱਸ ਚੈੱਕ ਕਰੋ ਬਸ ਤੁਸੀਂ ਪਿੰਡ ਪਰ ਚੱਲਿਆ ਹੋਣਾ ਇਹਨੂੰ ਕਿ ਪਿੰਡ ਸਾਡੇ ਵਿਆਹ ਆ ਅਤੇ ਹੱਥ ਖਲੋੜ ਦਾ ਜੰਜ ਲੁੱਟਣ ਵਾਸਤੇ ਨਮਾਨ ਪੈਸੇ ਫੜਨ ਹੋ ਜਾਣਾ ਦੇਖੋ ਤੁਸੀਂ ਭਾਈ ਜਾਣ ਪੁਰਾਣੀ ਪੈਨ ਸ਼ਰਟ ਪਾ ਕੇ ਆਏ ਕਿ ਕਿਤੇ ਪਾੜ ਨਾ ਜਾਏ ਯਾਰ ਅਸੀਂ ਵਾਲ ਕਟਵਾਉਣ ਆਏ ਦੇ ਵਾਲ ਕਟਵਾਉਣ ਆਏ ਦਾ ਤੇਰੇ ਤੇ ਵਾਲ ਛੋਟੇ ਛੋਟੇ ਨੇ ਟਿੰਡ ਕਰਵਾਉਣੇ ਆ ਝੂਠ ਬੋਲਦਾ ਪਿਆ ਚਲੋ ਹੁਣ ਭਾਈ ਟਿੰਡ ਕਰਵਾਏਗਾ ਤਾਂ ਮੰਨਾਂਗੇ ਸਿਰਫ ਟਿੰਡ ਕਰਵਾਉਣਾ ਆਏ ਦਾ ਅੱਜ ਸਾਡੇ ਪਿੰਡ ਵਿਆਹ ਆ ਅਤੇ ਚੈੱਕ ਕਰੋ ਕਿੰਨੀ ਵਾਰ ਪੈਸੇ ਫੜਨ ਵਾਸਤੇ ਆਈ ਦੀ ਆ ਬਰਾਤ ਹਲੇ ਆਈ ਨਹੀਂ ਅਤੇ ਉਹ ਬੱਚੇ ਨਾਲ ਆਪਸ ਲੜਦੇ ਪਏ ਨੇ ਲੜਦੇ ਪਏ ਨੇ ਨਹੀਂ ਉਹ ਜੀ ਸਾਡੇ ਪਿੰਡ ਬਹੁਤ ਹੀ ਜ਼ਿਆਦਾ ਰੌਣਕ ਹੈ ਉਹਦੀ ਵਜ੍ਹਾ ਹੈ ਕਿ ਸਾਡੇ ਪਿੰਡ ਹੈ ਵਿਆਹ ਤਾਂ ਕਰਕੇ ਅਤੇ ਬੱਚੇ ਪਤਾ ਨਹੀਂ ਕੀ ਗੱਲ ਇਕੱਠੇ ਹੋਏ ਸੀ ਮਾਨ ਤਿਆਰ ਹੋ ਕੇ ਆ ਗਿਆ ਬਰਾਤ ਦੇ ਨਾਲ ਜਾਣ ਵਾਸਤੇ ਤੇ ਕਰੀਮ ਫੇਰ ਨਹੀਂ ਲਾ ਗਿਆ ਕਰੀਮ ਲਾ ਗਿਆ ਭਲਾ ਯਾਰ ਜਾ ਨਵੇਂ ਬੂਟ ਤੇ ਨਵੀਂ ਪੈਂਟ ਸ਼ਰਟ ਪਾ ਕੇ ਆ ਗਿਆ ਜਾਣਾ ਯਾਰ ਜਮਾਨ ਦਾ ਯਾਰ ਅੱਜ ਦਾ ਵਿਆਹ ਆ ਅੱਜ ਸਾਡੇ ਪਿੰਡ ਹਾਂ ਮੈਨੂੰ ਕਹਿਣਾ ਨਾਲ ਹਾਂ ਜਾ ਮੈਂ ਕੱਪੜੇ ਪਾ ਗਿਆ ਤੁਵੇਂ ਯਾਰ ਯਾਰ ਦਾ ਯਾਰ ਖੜ ਸਕਦਾ ਬੰਦਾ ਲੋ ਜੀ ਦੋ ਬੰਦੇ ਭਾਈ ਹੋਰ ਆ ਗਏ ਨੇ ਮੇਰੀ ਗੱਲ ਸੁਣ ਜੇਬਾਂ ਵੱਡੀਆਂ ਨੇ ਬੱਬੂ ਜੇਬਾਂ ਵੱਡੀਆਂ ਨੇ ਉਹ ਵੱਡੀਆਂ ਜੇਬਾਂ ਸੂਟ ਪਾ ਕੇ ਪੈਸੇ ਨੀ ਫੜਨੇ ਜੇਬ ਭਰੀ ਡੂੰਗੀ ਜੰਮ ਦੇ ਉੱਤੇ ਤੇ ਮੈਂ ਕਹਿੰਦਾ ਨਹੀਂ ਡਿੱਗਣੀ ਆ ਨਹੀਂ ਡਿੱਗਣੀ ਆ ਨਹੀਂ ਡਿੱਗਣੀ ਆ ਝੂਠ ਫਾਈ ਝੂਠ ਉਹ ਝੂਠਾ ਪੈ ਗਿਆ ਦਾ ਨਹੀਂ ਡਿੱਗੇ ਕਦੀਆਂ ਹੈ ਸਿੱਧੀ ਜਾਏ ਕਦੀਆਂ ਓਏ ਨਹੀਂ ਆਈ ਚੰਜ ਸਹੀ ਗੱਲ ਕਿੰਨੀ ਦੇਰ ਇੰਤਜ਼ਾਰ ਕਰ ਰਹੇ ਆ ਚੰਜ ਦਾ ਲੇਕਿਨ ਚੰਜ ਨਹੀਂ ਆ ਰਹੀ ਦੁਆ ਕਰੋ ਬਾਬਾ ਸਾਰੇ ਪੈਸੇ ਸੁੱਟਣ ਪਈ ਪੈਕੇ ਲੱਗ ਜਾਏ ਸੁੱਟ ਸੁੱਟ ਮੇਰੇ ਮੇਰੇ 50 ਜਾਲ ਸੁੱਟ 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 ਖਾਂ ਜਾ ਭਾਈ ਖਾਂ ਜਾ ਭਾਈ ਕਿ ਤੂੰ ਜਦੋਂ ਇਸ ਕਿਤਨਾ ਲੂਟਾ ਹੈ ਹਬ ਹਮ ਕੋ ਬਰਾਤ ਲੁੱਟਨੀ ਪੜ ਰਹੀ ਹੈ ਲੋ ਜੀ ਇਹ ਵੀ ਮਿਸਾਲ ਹੈ ਤਾਂ ਸਾਨੂੰ ਪਤਾ ਹੁਣ ਤੁਸੀਂ ਦੁਆ ਕਰੋ ਕਿ ਬਾਬਾ ਸਾਰੇ ਪੈਸੇ ਉੱਤੇ ਬਰਾਤ ਪਹੁੰਚ ਗਈ ਆ ਅੱਜ ਫਿਰ ਇੱਕ ਹੋਰ ਬਰਾਤ ਤੇ ਤਕਰੀਬਨ ਮੇਰਾ ਵਲਾਗ ਵੀ ਉਹ ਮੁਕੰਮਲ ਹੋ ਗਿਆ ਹੁਣ ਤਲਾਹ ਕੋਲ ਜਾ ਕੇ ਵੀਡੀਓ ਬਣਾ ਬਾਅਦ ਕੱਢ ਲਈ 350
रौनक लगी है जी उस महल जाने से बरात ते अस करके आखिदा है हूँ बरात चली गई है अस भी चले वापस घर न मैं फोन भी वैसे अच्छी जा रहा नहीं हो झूठ फोन जी आवाम पैसे फड़ गए तो वापस जा रही है अपने अपने घर दस चेक करो बस तुम इतने आए जी इनकी भी शादी है अगले हफ्ते तकरीबन अठ दस दिन तक तो जेज आए देखो जी हसन बेचारे ने बड़ी मेहनत करके पैसे फड़े ने अगो मोशन जवान साहब फड़ के गिन लग पे दुकान में देखने ने इन्हू देने नहीं अद्धे देने ने हाँ किन्ने चल दे किन्ना किन्ने दो सौ तीह की दिहाड़ी सोने कपड़े पा के बोतल पी पहला बच्चा जिन्हें भाई ने पैसे आन दिते ने अपने वे भरा गिन हाँ नौजवान होर रल गए साढ़े नाल लो जी साढ़े उस्ताद जी दिल भाई उन्होंने जगह ली दी सी मैं थोड़ा विजिट करने तुहानू भी करवाने इन्हें थोम लाए दैड भाई हो रहा है सैड भाई ने बोर कर रहे हैं पछीनी बोर थोड़ा थोड़ा शेयर करने वीडियो तो बोर किस तरह करते हैं चक्का पै गया